ਭਗਤਿਆ ਤੁਸੀਂ ਉੱਥੇ ਕਿਵੇਂ? ਤੁਸੀਂ ਇੱਥੇ ਵੀ? ਵਕਤ ਹਰ ਜਗ੍ਹਾ ਹੁੰਦਾ ਹੈ, ਪਰ ਤੂੰ ਦੱਸ ਇੱਥੇ ਹਰ ਰੋਜ਼ ਸਵੇਰੇ ਸਵੇਰੇ ਕੀ ਕਰਨਾ ਹੋਣਾ? ਜਿਵੇਂ ਪਹਿਲਵਾਨ ਆਪਣੇ ਅਖਾੜੇ ਵਿੱਚ ਆਪਣਾ ਅਭਿਆਸ ਕਰਦੇ ਨੇ ਤੇ ਵਕੀਲ ਆਪਣੀ ਵਕਾਲਤ ਦੀ ਪੜ੍ਹਾਈ, ਬਸ ਉਸੇ ਤਰ੍ਹਾਂ ਇਹੀ ਮੇਰੀ ਵਕਾਲਤ ਹੈ ਤੇ ਇਹੀ ਮੇਰਾ ਅਖਾੜਾ। ਲੱਗਦਾ ਤੂੰ ਆਪਣੀ ਕਹਾਣੀ ਜਾਣਦਾ ਹੈ। ਕਿਉਂਕਿ ਮੈਂ ਆਪਣੀ ਕਹਾਣੀ ਆਪ ਲਿਖ ਰਿਹਾ। ਪਰ ਤੂੰ ਆਪਣੇ ਤੋਂ ਬਾਅਦ ਦੀ ਕਹਾਣੀ ਨਹੀਂ ਜਾਣਦਾ। ਕੀ ਮਤਲਬ? ਸਾਡੇ ਦੇਸ਼ ਨੂੰ ਆਜ਼ਾਦੀ ਨਹੀਂ ਮਿਲੇਗੀ? ਗੋਰਿਆਂ ਤੋਂ ਤਾਂ ਤੇਰੇ ਮੁਲਕ ਨੂੰ ਆਜ਼ਾਦੀ ਮਿਲ ਜਾਂਦੀ ਹੈ, ਪਰ ਕੀ ਤੂੰ ਵੇਖਣਾ ਚਾਹੇਂਗਾ? ਹਾਂਜੀ। ਤਾਂ ਫਿਰ ਵਾਅਦਾ ਕਰ, ਅੱਗੇ ਦੀ ਕਹਾਣੀ ਵੇਖ ਕੇ ਤੂੰ ਆਪਣੀ ਕਹਾਣੀ ਨਹੀਂ ਬਦਲੇਗਾ। ਭਗਤ ਸਿੰਘ ਆਪਣੀ ਕਹਾਣੀ ਕਦੇ ਨਹੀਂ ਬਦਲ ਸਕਦਾ। ਨਸ਼ੇ ਦੀ ਹਨੇਰੀ ਚੁੱਲ ਗਈ, ਵੱਡੀਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਵੱਡੀਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ।
ਭਗਤ ਸਿੰਘ ਨੇ ਤਾਂ ਆਪਣਾ ਫਰਜ਼ 1931 ਵਿੱਚ ਪੂਰਾ ਕਰਤਾ, ਪਰ ਤੁਸੀਂ ਉਸਦੇ ਫਰਜ਼ ਦੇ ਕਰਜ਼ ਨੂੰ ਕਦੋਂ ਉਤਾਰੋਗੇ? ਜ਼ੋਰਦਾਰ ਤਾੜੀਆਂ ਜੀ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਹ ਸਿਖਾਇਆ। ਤੇ ਇਸ ਤੋਂ ਬਾਅਦ ਪੇਸ਼ ਹੈ ਜੀ ਸਾਡੀ ਅਗਲੀ ਆਈਟਮ ਪੰਜਾਬੀ ਪਲੇ। ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ। ਪੁੱਤ ਕਪੁੱਤ ਬਣੇ ਸੌ ਵਾਰੀ, ਪੁੱਤ ਕਪੁੱਤ ਬਣੇ ਸੌ ਵਾਰੀ, ਮਾਂ ਰਹਿੰਦੀ ਮਾਂ ਬਣ ਕੇ, ਸੁੱਖਾਂ ਸੁੱਖ ਦੀ ਖੈਰਾਂ ਮੰਗਦੀ ਫੇਰ ਫੇਰ ਕੇ ਬਣ ਕੇ। ਪੁੱਤ ਮੇਰੇ ਤੋਂ ਤੱਤੀਆਂ ਮਾਵਾਂ ਰਹਿਣ ਭਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ। ਸਿਆਣੇ ਕਹਿੰਦੇ ਹਨ ਕਿ ਜਿਸ ਘਰ ਵਿੱਚ ਮਾਂ ਬਾਪ ਦੀ ਕਦਰ ਨਹੀਂ ਹੁੰਦੀ, ਉਸ ਘਰ ਵਿੱਚ ਕਦੇ ਵੀ ਬਰਕਤ ਨਹੀਂ ਰਹਿੰਦੀ। ਉਹ ਮਾਂ ਬਾਪ ਸਾਨੂੰ ਜਨਮ ਦਿੰਦੇ ਹਨ ਤੇ ਸਾਡਾ ਪਾਲਣ ਪੋਸ਼ਣ ਕਰਦੇ ਹਨ, ਤੇ ਜਦੋਂ ਸਾਡੀ ਵਾਰੀ ਆਉਂਦੀ ਹੈ ਤਾਂ ਅਸੀਂ ਨੱਕ ਬੁੱਲ ਵੱਟਦੇ ਹਾਂ। ਉਦੋਂ ਮਾਂ ਬਾਪ ਜਾਂ ਰੱਬ ਹੀ ਜਾਣਦਾ ਹੋਊ ਕਿ ਸਾਡੇ ਮਾਂ ਬਾਪ ਤੇ ਕੀ ਬੀਤਦੀ। ਮਾਂ ਦਾ ਰੁਤਬਾ ਰੱਬ ਤੋਂ ਉੱਚਾ, ਮਾਂ ਦਾ ਰੁਤਬਾ ਰੱਬ ਤੋਂ ਉੱਚਾ, ਮਾਵਾਂ ਹੁੰਦੀਆਂ ਠੰਡੀਆਂ ਛਾਵਾਂ, ਮਾਂ ਦਾ ਦੇਣ ਕਦੇ ਨਹੀਂ ਦੇ ਸਕਦੇ, ਮਾਂ ਦਾ ਦੇਣ ਕਦੇ ਨਹੀਂ ਦੇ ਸਕਦੇ। ਇਹਨਾਂ ਮਾਵਾਂ ਲਈ ਮੰਗੀਏ ਦੁਆਵਾਂ, ਇਹਨਾਂ ਮਾਵਾਂ ਲਈ ਮੰਗੀਏ ਦੁਆਵਾਂ। ਤੇ ਇਸ ਦੇ ਨਾਲ ਹੀ ਸਾਡੇ ਵਿਦਿਆਰਥੀ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਨ ਜੀ ਇੱਕ ਪੰਜਾਬੀ ਨਾਟਕ ਲੈ ਕੇ। ਸੋ ਸਟੂਡੈਂਟਸ ਪਲੀਜ਼ ਕਮ ਔਨ ਦੀ ਸਟੇਜ ਐਂਡ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਸਾਡੇ ਇਹਨਾਂ ਬੱਚਿਆਂ ਲਈ। ਹੈਲੋ ਹੈਲੋ ਕਲਾਸ ਟੀਚਰਸ ਫਰੋਮ 6 ਟੂ ਪਲੱਸ 1 ਸਟੈਂਡਰਡ, ਪਲੀਜ਼ ਬੀ ਰੈਡੀ ਵਿਦ ਯੋਰ ਪੋਜੀਸ਼ਨ ਹੋਲਡਰਸ ਨੀਅਰ ਦਾ ਸਟੇਜ। ਵੀ ਹੈਵ ਨੈਕਸਟ ਪ੍ਰੈਜੈਂਟੇਸ਼ਨ ਆਫਟਰ ਦਿਸ ਪੰਜਾਬੀ ਪਲੇ। ਆ ਜੀ ਸੁਣਦੇ ਹੋ, ਜੇ ਇੱਥੇ ਇੱਕ ਵੀ ਭਾਂਡਾ ਹੈਗਾ ਤੇ ਫੜਾ ਜੋ, ਜੇ ਇੱਕ ਵੀ ਭਾਂਡਾ ਰਹਿ ਗਿਆ ਨੇ ਤੇ ਘਰ ਚ ਕਲੇਸ਼ ਪੈ ਜਾਣਾ। ਆਇਆ ਸਰਦਾਰ ਨੀ ਏ, ਇੱਕ ਹੀ ਤਾਂ ਗਲਾਸ ਆ, ਰੌਲਾ ਤੈ ਪਾਇਆ ਜਿਵੇਂ ਬਹੁਤ ਕੰਮ ਹੁੰਦਾ। ਨਾਲੇ ਮੇਰੀ ਗੱਲ ਸੁਣ, ਸਵੇਰੇ ਤਾਂ ਤੂੰ ਬਿਮਾਰ ਸੀ, ਹੁਣ ਆ ਭਾਂਡਿਆਂ ਦਾ ਢੇਰ ਲੈ ਕੇ ਬਹਿ ਗਈ ਆ। ਕੀ ਕਰਾਂ ਸਰਦਾਰ ਜੀ, ਹੁਣ ਕੰਮ ਵੀ ਤਾਂ ਜ਼ਰੂਰੀ ਆਣਾ, ਜੇ ਕੰਮ ਨਾ ਕੀਤਾ ਤੇ ਆਪਾਂ ਨੂੰ ਘਰ 'ਚ ਰੋਟੀ ਖਾਣ ਲਈ ਵੀ ਨਹੀਂ ਨਸੀਬ ਹੋਣੀ। ਚੱਲ ਤੂੰ ਛੇਤੀ ਛੇਤੀ ਕੰਮ ਨਿਬੇੜ ਲਾ, ਮੈਂ ਜਸ ਪੁੱਤ ਤੋਂ ਪੁੱਛਦਾ, ਉੱਤੋਂ ਪੈਸੇ ਲੈਣਾ, ਤੇਰੀ ਦਵਾਈ ਲੈ ਕੇ ਆਵਾਂਗੇ। ਠੀਕ ਹੈ ਜੀ। ਜਸ ਉਹ ਪੁੱਤ ਜਸ ਆ ਗਿਆ ਬਾਪੂ। ਸੁਣੋ ਜੀ, ਮੇਰੀ ਗੱਲ ਸੁਣ ਕੇ ਜਾਇਓ ਤੁਸੀਂ ਜ਼ਰਾ। ਉਹ ਤੂੰ ਕੀ ਬੋਲਣਾ? ਮੈਨੂੰ ਪੱਕਾ ਪਤਾ ਇਹਨੇ ਪੈਸੇ ਮੰਗਣੇ ਹੋਣੇ ਆ, ਜਿਹੜੇ ਪੈਸੇ ਮੰਗਣਾ ਨਾ ਕਰ ਦਿਓ ਭਾਈ, ਆਪਣੇ ਕੋਲ ਤਾਂ ਹੈ ਨਹੀਂ ਨੇ ਪੈਸੇ। ਪਹਿਲਾਂ ਮੈਂ ਉਹਦੀ ਗੱਲ ਸੁਣ ਲਾ, ਇਹ ਭੁਰਕੀ ਜਾਣੀ ਹੈ। ਸੁਣੋ ਜੀ, ਹੁਣ ਕੀ ਆ, ਮੈਂ ਵੀ ਤੁਹਾਡੇ ਨਾਲ ਚੱਲਦੀ ਆ, ਐਵੇਂ ਨੇ ਗੱਲਾਂ ਚਲਾ ਲਿਆ ਫੇਰ। ਹਾਂ ਬਾਪੂ ਕੀ ਹੋਇਆ? ਉਹ ਤਾਂ ਪੈਸੇ ਚਾਹੀਦੇ ਸੀ, ਤੇਰੀ ਬੇਬੇ ਦੀ ਦਵਾਈ ਲੈ ਕੇ ਆਉਣੀ ਸੀ। ਪਰ ਬਾਪੂ ਹੁਣੇ ਤੇ ਮੈਂ ਥੋੜੇ ਦਿਨ ਪਹਿਲਾਂ 200 ਰੁਪਏ ਦਿੱਤਾ ਸੀਗਾ, ਮੈਂ ਉਹ ਵੀ ਲਈ ਆਈ। ਉਹ ਤਾਂ ਅੱਜ ਕੱਲ੍ਹ ਇੰਨੇ ਪੈਸੇ ਆਣਾ ਬਣਦਾ ਕੀ ਹੈ, ਮਹਿੰਗਾਈ ਦਾ ਜ਼ਮਾਨਾ, ਇਹਦੇ ਨਾਲ ਸਾਡੇ ਦੋਵਾਂ ਜੀਆਂ ਦੀ ਦਵਾਈ ਪਸਾ ਆਉਂਦੀ ਹੈ। ਸੁਣੋ ਜੀ ਬਾਪੂ ਜੀ, ਮੇਰੀ ਇੱਕ ਗੱਲ ਸੁਣ ਲਓ ਤੁਸੀਂ, ਪੈਸੇ ਕੋਈ ਰੁੱਖਾ ਦੇ ਨਹੀਂ ਲੱਗਦੇ, ਇਹਨਾਂ ਵਾਂਗੂ ਕਮਾਉਣੇ ਪੈਂਦੇ ਆ, ਤੁਹਾਡੇ ਵਾਂਗੂ ਵੇਲੇ ਨਹੀਂ ਫਿਰਦੇ ਇਹ, ਪੈਸੇ ਕਮਾਉਂਦੇ ਆ ਪੈਸੇ। ਪੁੱਤ ਸਾਰੀ ਉਮਰ ਬਥੇਰਾ ਕੰਮ ਕੀਤਾ, ਕੀ ਹੋਇਆ ਜੇ ਹੁਣ ਸਾਡੇ ਤੋਂ ਕੰਮ ਨਹੀਂ ਹੁੰਦਾ? ਬਾਪੂ ਜੀ ਮੇਰੇ ਗੱਲ ਸੁਣ ਲਓ, ਤੁਹਾਨੂੰ ਮੈਂ ਰੋਣ ਦੇ ਪੈਸੇ ਦਿੰਦਾ ਰਿਹਾ ਨਾ, ਇੱਥੇ ਮੈਂ ਸੜਕ 'ਤੇ ਆ ਜਾਣਾ ਵਾ। ਨਾ ਪੁੱਤ, ਐ ਨਾ ਕਹਿ, ਰੱਬ ਤੇਰੀਆਂ ਕਮਾਈਆਂ 'ਚ ਬਰਕਤਾਂ ਪਾਵੇ। ਨਾ ਬਾਪੂ ਜੀ, ਇੱਕ ਮੇਰੀ ਗੱਲ ਸੁਣੋ ਤੁਸੀਂ, ਜੇ ਮਾਂ ਇੱਕ ਦਿਨ ਦਵਾਈ ਨਾ ਖਾਊਗੀ ਉਹ ਮਾਂ ਥੋੜ੍ਹੀ ਚੱਲੀ ਆ। ਨਾ ਧੀਏ, ਜੇ ਤੇਰੀ ਬੇਬੇ ਨੇ ਸੁਣ ਲਿਆ ਉਹਨੂੰ ਬਹੁਤ ਦੁੱਖ ਲੱਗੂਗਾ।
बापू जी मेरे गल सुन लो, तुहानू मां दा इन्ना फिक्र है ना, तो मां नू किसे फ्री आश्रम नगर चले जाओ, मैं उहदा भी इंतजाम कर दूंगा। होर दसो बल्ले ओ शेरा, जदों तू अद्धी अद्धी रात तक सौंदा नहीं सी ना हुंदा, तेरी मां तेनू लैके बैठी रहिंदी हुंदी सी, जे अज ओह बीमार हो गई तां उहनू तू घरों कढ़न दीआं गल्लां करदा, शाबाश ओ काका तेरे। ना बापू जी, मेरी थोड़ी गल जरा भी पसंद नहीं आई, जे तुसी दोवां जीआं ने इस घर विच रहना, तुहानू इस घर दे सारे काम करने पैणगे, जे तुसी इस घर दे काम नहीं कर सकते, आ तां बोरिए बिस्तर चक्को, साडे घरों दफा आ जाओ। सुनो जी, इन्हां दे इह कदे सियापा मुकणे ही नहीं। आयो रब्बा, एहो जे दिन किसे नूं ना विखाई। ओहो सरदार जी, तुसी तां एवें चिंता करन लग जांदे हो, एवें टेंशन ना लिया करो, एवें निक्की निक्की गल नूं दिल ते ना लाया करो, रब आपे सब ठीक करूगा। फिर की हो गया जे नौ पुत ने मां वरगा कण छावां बूटा, मैनू किधरे नजर ना आवे, लेके जिस तो छां उधारी, रब ने स्वर्ग बनाए। मावा 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 मां जन्नत दा परछावां, नौबत ने पैसे नहीं दिते ना, कोई ना एवें दिल ते ना लाया करो गल, आप सिद्धू साहब दे घर चलते हैं, नाले तुहाडा मन किते होर लग्या रहूगा, चलो चलिए उठो। ठीक है सरदार। हेलो, सिद्धू साहब, सिद्धू साहब घर ही हो? हाँ जी, हाँ जी, गैल साहब आयो, लंघे आओ, सत श्री अकाल जी। सत श्री अकाल। होर सुनाओ गैल साहब, की हाल है? हाल कदे सिद्धू साहब, बस दिन कटते पे। ओ मैनू पता तेरे नौ पुत दा, एवें टेंशन ना लिया कर, रब आपे सब भली करूगा। चलो जो रब की मर्जी। धीए चाह लै के आ। आई बापू जी। ਸਤਿ ਸ਼੍ਰੀ ਅਕਾਲ ਤਾਇਆ ਜੀ, ਸਤਿ ਸ਼੍ਰੀ ਅਕਾਲ ਤਾਈ ਜੀ, ਅਲੋ ਚਾਹ ਪੀਓ। ਤਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਪੁੱਤ। ਬਾਪੂ ਜੀ ਬਾਜ਼ਾਰ ਜਾਣਾ ਸੀ, ਘਰ ਦਾ ਕੋਈ ਸਮਾਨ ਲੈਣ ਤੇ ਤੁਹਾਡੀ ਦਵਾਈ ਲੈਣ ਚੱਲ ਜਾਈਏ? ਹਾਂ ਪੁੱਤ ਜਾ, ਛੇਤੀ ਆ ਜੀ। ਅੱਛਾ ਜੀ, ਸਿੱਧੂ ਸਾਹਿਬ, ਇੱਕ ਤੇਰੇ ਨੌ ਪੁੱਤ